ਸਬਜ਼ੀਆਂ ਪਾਵਾਂਗੇ ਬਟ ਫਸਟ ਆਫ ਆਲ ਜਿਹੜੀ ਤੁਹਾਡੀ ਕੜਾਈ ਹੈ ਪੂਰੀ ਗਰਮ ਹੋਣੀ ਚਾਹੀਦੀ ਆ ਪਹਿਲਾਂ ਮੈਂ ਦੇਸੀ ਘਿਓ ਨੂੰ ਦੇਸੀ ਘਿਓ ਪਾਇਆ ਇਹ ਚੰਗੀ ਤਰ੍ਹਾਂ ਮੈਲਟ ਹੋ ਜਾਏ ਫਿਰ ਆਪਾਂ ਬੇਸਨ ਪਾਉਣਾ ਆ ਕਹਿੰਦੇ ਨੇ ਆਪਾਂ ਪੂਰਾ ਦੇਖ ਲਿਆ ਨਾ ਕਿ ਦੇਸੀ ਘਿਓ ਜਦੋਂ ਪੂਰਾ ਗਰਮ ਹੋ ਗਿਆ ਤਾਂ ਆਪਾਂ ਗੈਸ ਨੂੰ ਸਲੋ ਕਰ ਦੇਣਾ ਆ ਫਿਰ ਇਹਦੇ ਵਿੱਚ ਮੈਂ ਬੇਸਨ ਐਡ ਕਰ ਦੇਣਾ ਹੈ ਇੱਕ ਕੌਲੀ ਬੇਸਨ और कड़छी को फटाफट घुमाना कि ताकि बेसन लाल ना लगे इन्हें कटकर फ्रेंड्स मैं इलायची में कूट के तेरा पाउडर विच ऐड करना है ਜਾਣਾ ਚੰਗੀ ਤਰ੍ਹਾਂ ਜਦ ਤੱਕ ਬ੍ਰਾਊਨ ਜਿਹਾ ਨਹੀਂ ਹੋ ਜਾਂਦਾ ਵੈਸੇ ਫਿਰ ਇਹਦੇ ਵਿੱਚ ਮੈਂ ਐਡ ਕਰ ਰਹੀ ਹਾਂ ਇਲਾਇਚੀ ਪਾਊਡਰ ਤੇ ਨਾਲ ਹੀ ਇਹਦੇ ਵਿੱਚ ਮੈਂ ਐਡ ਕਰ ਰਹੀ ਹਾਂ ਸ਼ੂਗਰ ਗ੍ਰਾਇੰਡ ਕਰ ਦਿੱਤਾ ਹੈ ਪੀਸ ਲਿੱਤਾ ਮਿਕਸੀ ਵਿੱਚ ਤੇ ਹੁਣ ਮੈਂ ਐਡ ਕਰਨ ਲੱਗੀ ਹਾਂ ਇਹਦੇ ਵਿੱਚ ਤੁਸੀਂ ਅਗਰ ਇਹਦੇ ਵਿੱਚ ਡਰਾਈ ਫਰੂਟ ਵਿੱਚ ਕੁਝ ਹੋਰ ਐਡ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਜਿਵੇਂ ਕਿ ਅਖਰੋਟ ਮੈਂ ਇਹਦੇ ਵਿੱਚ ਜਸਟ ਐਡ ਕੀਤਾ ਹੈ ਬਦਾਮ ਕਾਜੂ ਤੇ ਕਿਸ਼ਮਿਸ਼ ਇਹਨੂੰ ਚੰਗੀ ਤਰ੍ਹਾਂ ਹਿਲਾਉਣਾ ਹੈ ਕਿਉਂਕਿ ਇਹਦੇ ਵਿੱਚ ਇਹਦੇ ਵਿੱਚ ਕੋਈ ਵੀ ਗਿਲਟੀਆਂ ਨਾ ਰਹਿ ਜਾਣ ਇਸ ਕਰਕੇ ਇਹਨੂੰ ਹਿਲਾਈ ਜਾਣਾ ਬਾਰ ਬਾਰ ਔਰ ਨਾ ਹੀ ਇਹਨੂੰ ਥੱਲੇ ਲੱਗਣ ਦੇਣਾ ਹੈ ਪੰਜਾਬੀ ਲੈਂਗੁਏਜ ਦੇ ਵਿੱਚ ਬਣਾਈ ਆ ਨੈਕਸਟ ਟਾਈਮ ਜਦੋਂ ਵੀ ਮੈਂ ਕੋਈ ਡਿਸ਼ ਬਣਾਉਣੀ ਹੋਗੀ ਤੁਸੀਂ ਦੱਸ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਤੁਹਾਨੂੰ ਕਿਸ ਲੈਂਗੁਏਜ ਦੇ ਵਿੱਚ
चाहिए मैं उस लैंग्वेज दे विच पा दांगी वे इंग्लिश और हिंदी या पंजाबी विच आई उम्मीद करते हैं कि तुहानू मेरी डिश अच्छी लगे हुण आपां इहनू प्लेट विच कट लेना आ इहनू थोड़ा जिहा ठंडा होण देना आ फिर आपां इहदे लड्डू बनाउंगे ये अपने बन चुके आ ड्राई फ्रूट बेसन लड्डू कह लो बेसन ड्राई फ्रूट लड्डू चाहे ड्राई फ्रूट बेसन लड्डू कह लो कुछ भी कह सकते सारे जाने जरूर ट्राई करो टंडो ने बन चुकी है मैं गैस बंद करती हूँ तो मैं ये मिक्सचर नू प्लेट विच कट लूंगी में दर्द करके ठंडा करने के लिए रखेंगे फिर आप ये लड्डू बटांगे बेसन ड्राई फ्रूट लड्डू तुसी देख सकते हो वीडियो नू लास्ट तक जरूर देखियो लाइक कमेंट जरूर करियो थैंक्स फॉर वाचिंग।